ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਮੀਤ ਕੌਰ, ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡਾ ਥੈਂਕ ਯੂ ਕਰਨ ਆਏ ਹਾਂ ਜੀ, ਬਹੁਤ ਬਹੁਤ ਧੰਨਵਾਦ ਜੀ ਆਪਣੇ ਚੈਨਲ ਤੇ, ਜਿਹੜੇ ਇੱਕ ਜਿਹੜੇ ਲੱਖ ਸਬਸਕ੍ਰਾਈਬਰ ਨੇ, ਯਾਨੀ ਕਿ 100K ਸਬਸਕ੍ਰਾਈਬਰ ਆਪਾਂ ਕੰਪਲੀਟ ਕਰ ਲਏ ਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਕਿਉਂਕਿ ਡੇਲੀ ਤੁਹਾਡੇ ਮੈਨੂੰ ਪੋਜ਼ਿਟਿਵ ਕਮੈਂਟ ਮਿਲਦੇ ਸੀ, ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਬਹੁਤ ਜ਼ਿਆਦਾ એનર્ਜੀ ਮਿਲਦੀ ਸੀ ਤੇ ਮੈਨੂੰ ਅੰਦਰੋਂ ਹੋਰ ਵੀ ਹੌਸਲਾ ਮਿਲਦਾ ਸੀ ਵੀ ਮੈਂ ਵਧੀਆ ਵਧੀਆ ਤੁਹਾਡੇ ਲਈ ਵੀਡੀਓ ਲੈ ਕੇ ਆਵਾਂ। ਇਸ ਕਰਕੇ ਤੁਹਾਡਾ ਬਹੁਤ 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 ਹੀ ਧੰਨਵਾਦ ਜੀ, ਐਂਡ ਦਿਲੋਂ ਧੰਨਵਾਦ। ਕੈਨੇਡਾ ਤੋਂ ਵੀ ਮੇਰੇ ਬਹੁਤ ਸਾਰੇ ਸਬਸਕ੍ਰਾਈਬਰ ਨੇ, USA ਤੋਂ, UK ਤੋਂ ਲੈਂਦੇ, ਪੰਜਾਬ, ਪਾਕਿਸਤਾਨ ਤੋਂ, ਇੰਡੀਆ ਤੋਂ ਤਾਂ ਹੈ ਹੀ ਹੈ ਨੇ ਬਹੁਤ ਸਾਰੇ ਸਬਸਕ੍ਰਾਈਬਰ। ਸਾਰਿਆਂ ਦਾ ਜੀ ਹੱਥ ਬੰਨ੍ਹ ਕੇ ਧੰਨਵਾਦ, ਐਂਡ ਦਿਲੋਂ ਧੰਨਵਾਦ ਹੈ ਜੀ। ਹੁਣ ਆਪਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਨ ਵਾਸਤੇ ਗੁਰਦੁਆਰਾ ਸਾਹਿਬ ਜਾ ਰਹੇ, ਜਿਨ੍ਹਾਂ ਨੇ ਇੰਨੇ ਵਧੀਆ ਸਬਸਕ੍ਰਾਈਬਰ ਨੇ ਮੈਨੂੰ ਮਿਲਾਇਆ ਤੁਹਾਡੇ ਨਾਲ, ਜਿਹੜੀ ਮੇਰੀ ਮੁਲਾਕਾਤ ਕਰਵਾਈ ਹੈਗੀ। ਹੁਣ ਆਪਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ, ਆ ਕੇ ਫਿਰ ਤੁਹਾਡੇ ਨਾਲ ਕੁਛ ਗੱਲਾਂ ਕਰਾਂਗੇ ਜੀ। ਚਲੋ ਜੀ ਆਪਾਂ ਚੱਲਦੇ ਹਾਂ ਜੀ। ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਆਏ ਹਾਂ ਜੀ ਚੀਮਾ ਸਾਹਿਬ ਦੇ ਵਿੱਚ। ਸਾਡੇ ਪਿੰਡ ਤੋਂ ਇਹ 9-10 ਕਿਲੋਮੀਟਰ ਦੂਰੀ ਹੈਗਾ, ਇਹ ਆਪਾਂ ਉੱਥੇ ਪਹੁੰਚ ਚੁੱਕੇ ਹਾਂਗੇ। ਚੀਮਾ ਸਾਹਿਬ ਹੈਗਾ, ਸੰਤ ਬਾਬਾ ਤਰ ਸਿੰਘ ਜੀ ਦਾ ਤਪ ਸਥਾਨ ਹੈ ਇੱਥੇ, ਉਹਨਾਂ ਨੇ ਆਪਾਂ ਗੁਰਦੁਆਰਾ ਸਾਹਿਬ 'ਚ ਜਾਵਾਂਗੇ ਜਿੱਥੇ ਤਪ ਕੀਤਾ ਸੀਗਾ। ਇਹ ਸ਼ਹਿਰ ਦੇ ਵਿਚਾਲੇ ਬਿਲਕੁਲ ਭਾਈ ਤਾਰੂ ਸਿੰਘ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਹੈਗਾ, ਮੂਰਤੀ ਬਣੀ ਹੋਈ ਹੈ ਭਾਈ ਤਾਰੂ ਸਿੰਘ ਦੀ, ਬਿਲਕੁਲ ਚੌਂਕ ਦੇ ਵਿਚਾਲੇ ਚੀਮਾ ਸਾਹਿਬ ਦੇ ਵਿੱਚ। ਬਸ ਉਹ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਦਾ ਗੇਟ ਆ ਇੱਥੋਂ ਜਾ ਕੇ, ਇਹ ਮੇਨ ਗੇਟ ਆ ਜੀ ਚੀਮਾ ਸਾਹਿਬ 'ਚ ਗੁਰਦੁਆਰਾ ਸਾਹਿਬ ਦਾ। ਇਹਦੇ ਨਾਲ ਹੀ ਬਸ ਇੱਥੋਂ ਆਪਾਂ ਮੁੜ ਪਾਂਗੇ, ਸੂਏ ਦੇ ਉੱਪਰ ਬਿਲਕੁਲ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ। ਚਲੋ ਸਾਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਵਿਖਾਉਂਦੇ ਹਾਂ। ਇਹ ਆਪਾਂ ਗੁਰਦੁਆਰਾ ਦੇ ਵਿੱਚ, ਗੁਰਦੁਆਰਾ ਸਾਹਿਬ 'ਚ ਐਂਟਰੀ ਕਰ ਲਈ ਹੈਗੀ।
चलो जी, आपां गुरद्वारा साहिब दे विच मत्था टेक लिया, वाहिगुरू जी का आपां धन्नवाद कर लिया। इत्थे बहुत ही ज़्यादा जिहड़ा शांतमई माहौल हैगा, बहुत सारे दरख्त लगे हुए ने, बिल्कुल भी दिल नहीं करदा घर आउण वास्ते। बहुत वधिया माहौल है इत्थे, बहुत सारे दरख्त ने। इत्थे पहलां बहुत सारे अंबां दे दरख्त हुंदे सी, परंतु हुण गुरद्वारा साहिब नवां बन रिहा, इस करके इत्थे जिहड़े दरख्त ने उह काफ़ी वड्डदे होर नवें लगाए जा रहे ने। इह इत्थे गुरद्वारा साहिब दी इमारत बणूगी, इह मेन गुरद्वारा साहिब है जिथे संत बाबा बहादुर सिंह जी ने तपस्या करी सी, वो स्थान हैगा जी। यही बहुत सोहनी इतने गुरद्वारा साहिब की इमारत बनूगी। हूँ बस जी, हूँ आप मत्था टेक लिया, तो इस तो बाद आप घर चल देंगे। घर जाके आप कुछ गल्लां बातें करांगे। मैं बचपन में इतने साढ़े मेरे बीबी पापा के नाल आउंदी हुंदी सी। शुरू तो असीं इतने आउंदे आ, सानू पिंड तो भी इतने मस्या का दिहाड़ा हुंदा, जो मस्या वाले दिन इतने बहुत ज़्यादा इकट्ठ हुंदा, असी उदों आउंदी हुंदी सी इत्थे। ये मेरे नाल मेरे मम्मी आ रहे ने, ये सानू उत्थे गुरद्वारा साहिब च दही दिखाई दिते, क्योंकि ये गए नहीं अगे, कहने भी मेरी लत्त च दर्द होण लग गया, भी मैथों गुरद्वारा साहिब च मत्था नहीं टेकया जाना, इस करके इधर ही बैठ गए सी। चलो जी, आपां हुण घर चल देंगे। ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਆ ਚੁੱਕੇ ਹਾਂ ਜੀ। ਥੋੜ੍ਹਾ ਜਿਹਾ ਸੋਰੀ ਲੇਟ ਹੋ ਗਿਆ, ਤੁਹਾਨੂੰ ਬਾਹਰ ਹਨੇਰਾ ਦਿਸਦਾ ਹੋਊਗਾ, ਕਿਉਂਕਿ ਆ ਕੇ ਫਿਰ ਮੈਂ ਧਾਰਾਂ ਕੱਢਣੀਆਂ ਸੀ ਅਤੇ ਥੋੜ੍ਹੀ ਸਬਜ਼ੀ ਬਣਾਈ, ਆਟਾ ਗੁੰਨਿਆ, ਇਸ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ, 6 ਵੱਜ ਗਏ ਨੇ ਹੁਣ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਾਰੇ ਮੇਰੇ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ, ਚਾਹੇ ਇੰਡੀਆ ਤੋਂ ਨੇ, ਕਨੇਡਾ ਤੋਂ ਨੇ, ਪਾਕਿਸਤਾਨ ਤੋਂ, USA ਤੋਂ, UK ਤੋਂ, ਜਿੱਥੋਂ ਵੀ ਮੇਰੇ ਵੀਰ ਭਰਾ ਭੈਣ ਭਰਾ ਮੈਨੂੰ ਵੇਖ ਰਹੇ ਨੇ, ਸਾਰਿਆਂ ਦਾ ਧੰਨ ਹੱਥ ਜੋੜ ਕੇ ਧੰਨਵਾਦ ਹੈ ਜੀ, ਐਂਡ ਦਿਲੋਂ ਧੰਨਵਾਦ ਹੈ ਜੀ। ਤੁਸੀਂ ਮੇਰੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਪਿਆਰ ਦੇ ਸਦਕੇ, ਤੁਹਾਡੇ ਕਮੈਂਟਾਂ ਦੇ ਸਦਕੇ ਮੈਨੂੰ ਦੁਬਾਰਾ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਤੁਹਾਡਾ ਜਿਹੜਾ ਮੈਨੂੰ ਪਿਆਰ ਆ ਬਹੁਤ ਜ਼ਿਆਦਾ ਮਿਲ ਰਿਹਾ, ਤਾਂ ਮੇਰਾ ਹੋਰ ਦਿਲ ਕਰਿਆ ਵੀ ਮੈਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਵਾਂ। ਤੁਹਾਡੇ ਜਦੋਂ ਪੋਜ਼ਿਟਿਵ ਕਮੈਂਟ ਮਿਲਦੇ ਨੇ, ਬਹੁਤ ਮੇਰੇ ਦਿਲ ਨੂੰ ਖੁਸ਼ੀ ਹੁੰਦੀ ਆ, ਅਤੇ ਅੰਦਰੋਂ ਮੈਨੂੰ ਖੁਸ਼ੀ ਦੇ ਕਾਰਨ ਮੇਰਾ ਹੋਰ ਵੀ ਦਿਲ ਕਰਦਾ ਵੀ ਮੈਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਬਣਾਵਾਂ, ਵਧੀਆ ਵਧੀਆ ਤੁਹਾਨੂੰ ਆਪਣੇ ਪਿੰਡ ਦੇ ਜਿਹੜੇ ਲਾਈਫ ਸਟਾਈਲ ਆ, ਆਪਣੇ ਪਿੰਡਾਂ ਦਾ ਰਹਿਣ ਸਹਿਣ ਆ, ਜਿਹੜੀ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਆ ਤੁਹਾਨੂੰ ਦਿਖਾਵਾਂ। ਮੈਨੂੰ ਪੂਰੀ ਉਮੀਦ ਆ ਜੀ ਵੀ ਤੁਸੀਂ ਅੱਗੇ ਵੀ ਇਸ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ, ਇਸੇ ਤਰ੍ਹਾਂ ਇਸ ਚੈਨਲ ਨੂੰ ਪਿਆਰ ਕਰੋਗੇ। ਇੱਕ ਗੱਲ ਹੋਰ ਆ ਜੀ, ਕਈ ਵਾਰ ਨਾ ਮੈਥੋਂ ਵੀ ਗਲਤ ਬੋਲਿਆ ਜਾਂਦਾ, ਮੈਨੂੰ ਪਤਾ ਨਹੀਂ ਲੱਗਦਾ, ਕਈ ਵਾਰ ਆਪਾਂ ਵੀਡੀਓ ਵੀ ਬਣਾਉਣ ਦੇ ਸਮੇਂ ਗਲਤ ਬੋਲਿਆ ਜਾਂਦਾ, ਜਾਂ ਪਿੱਛੋਂ ਮੈਂ ਜਦੋਂ ਆਵਾਜ਼ ਰਿਕਾਰਡ ਕਰਕੇ ਪਾਉਂਦੀ ਹਾਂ ਉਦੋਂ ਗਲਤ ਬੋਲਿਆ ਜਾਂਦਾ, ਤਾਂ ਪਲੀਜ਼ ਤੁਸੀਂ ਥੱਲੇ ਲਿਖ ਦਿਆ ਕਰੋ ਵੀ ਤੁਸੀਂ ਜੀ ਇਹ ਲਾਈਨ ਗਲਤ ਬੋਲਤੀ। ਪੂਰੀ ਕੋਸ਼ਿਸ਼ ਕਰੂੰਗੀ ਵੀ ਜੇ ਮੈਥੋਂ ਕੋਈ ਗਲਤੀ ਹੁੰਦੀ ਹੈ ਤਾਂ ਉਹਨੂੰ ਮੈਂ ਸੁਧਾਰ ਸਕਾਂ, ਅਤੇ ਨਾਲ ਕਮੈਂਟ 'ਚ ਪਲੀਜ਼ ਜ਼ਰੂਰ ਐਂ ਦੱਸਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਵੇਖਣੀਆਂ ਪਸੰਦ ਨੇ, ਫਿਰ ਮੈਂ ਉਸ ਤਰ੍ਹਾਂ ਦੀਆਂ ਤੁਹਾਡੇ ਲਈ ਵੀਡੀਓ ਲੈ ਕੇ ਆਊਂਗੀ। ਇਹ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਜਿਹਦਾ ਨਾਂ ਰਹਿ ਜਾਂਦਾ, ਪਲੀਜ਼ ਤੁਸੀਂ ਨਾਰਾਜ਼ ਨਾ ਹੋਇਆ ਕਰੋ, ਤੁਸੀਂ ਇਸ ਗੱਲ ਨੂੰ ਸਮਝੋ ਵੀ ਬਹੁਤ ਜ਼ਿਆਦਾ ਮੁਸ਼ਕਿਲ ਆ। ਦੇਖੋ ਮੈਂ 24-25 ਮਿੰਟ ਦੀ ਵੀਡੀਓ ਬਣਾ ਕੇ ਵੀ ਤੁਹਾਡੇ ਜਿਹੜੇ ਸਾਰੇ ਕਮੈਂਟ ਸੀ ਉਸ ਵੀਡੀਓ ਵਿੱਚ ਨਹੀਂ ਆਏ, ਕਿਉਂਕਿ ਜੀ ਕਮੈਂਟ ਬਹੁਤ ਜ਼ਿਆਦਾ ਆਉਂਦੇ ਨੇ। ਅਗਰ ਯੂਟਿਊਬ ਦਾ ਇਹ ਨਿਯਮ ਹੋਵੇ ਨਾ ਵੀ ਜਿਹਨੂੰ ਕਮੈਂਟ ਜ਼ਿਆਦਾ ਮਿਲਦੇ ਨੇ, ਮਤਲਬ ਕਿ ਆਉਂਦੇ ਨੇ, ਉਹਨੂੰ ਮੈਡਲ ਮਿਲਣਾ ਹੋਵੇ, ਤਾਂ ਮੈਨੂੰ ਲੱਗਦਾ ਸਭ ਤੋਂ ਫਸਟ ਨੰਬਰ ਮੇਰਾ ਹੋਊਗਾ, ਕਿਉਂਕਿ ਇੰਨੇ ਤੁਸੀਂ ਕੋਈ ਵੀ ਚੈਨਲ ਚੈੱਕ ਕਰ ਲਿਓ, ਕਿਸੇ ਚੈਨਲ 'ਤੇ ਵੀ ਇੰਨੇ ਜਿਹੜੇ ਕਮੈਂਟ ਨਹੀਂ ਆਉਂਦੇਗੇ। ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹਾਂ ਕਿ ਤੁਸੀਂ ਮੇਰੇ ਵੀਰ ਭੈਣ ਭਰਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਬਹੁਤ ਤੁਹਾਡੇ ਕਮੈਂਟ ਆਉਂਦੇ ਨੇ, ਬਹੁਤ ਜ਼ਿਆਦਾ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਹਾਂ। ਪਰਮਾਤਮਾ ਦਾ ਬਹੁਤ ਬਹੁਤ ਕੋਟੀ ਕੋਟ ਧੰਨਵਾਦ ਹੈ ਜੀ, ਤੁਹਾਡੇ ਜਿਹੜੇ ਵਰਗੇ ਸਬਸਕ੍ਰਾਈਬਰ ਮੈਨੂੰ ਮਿਲੇ ਨੇਗੇ, ਪਰਮਾਤਮਾ ਦੀ ਮਿਹਰ ਹੋਈ ਹੈਗੀ, ਪਰਮਾਤਮਾ ਦੀ ਮਿਹਰ ਸਦਕਾ ਹੀ ਤੁਸੀਂ ਇਸ ਚੈਨਲ 'ਤੇ ਆਇਓਗੇ। ਮੈਨੂੰ ਪੂਰੀ ਉਮੀਦ ਆ ਵੀ ਅੱਗੇ ਵੀ ਤੁਸੀਂ ਇਸ ਚੈਨਲ ਨੂੰ ਇਸੇ ਤਰ੍ਹਾਂ ਹੀ ਪਿਆਰ ਕਰੋਗੇ, ਇਸ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ। ਮੈਨੂੰ ਆਪਣਾ ਬਣਾ ਕੇ ਤੁਸੀਂ ਆਪਣੀ ਭੈਣ ਵੱਡੀ ਸਮਝ ਕੇ, ਛੋਟੀ ਸਮਝ ਕੇ ਮੇਰੇ ਨਾਲ ਤੁਸੀਂ ਗੱਲ ਸ਼ੇਅਰ ਕਰੋਗੇ, ਮੇਰੀ ਵੀਡੀਓ ਬਾਰੇ ਮੈਨੂੰ ਦੱਸੋਗੇ। ਚਲੋ ਜੀ, ਇਸੇ ਉਮੀਦ ਦੇ ਨਾਲ ਮਿਲਦੇ ਹਾਂ ਫਿਰ ਹੋਰ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਜੇ ਚੈਨਲ 'ਤੇ ਨਵੇਂ ਆਏ ਹੋ ਪਲੀਜ਼ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਚਲੋ ਜੀ, ਮਿਲਦੇ ਫਿਰ ਹੋਰ ਵੀਡੀਓ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਮੇਰਾ ਬੱਸਦਾ ਰਹੇ ਪੰਜਾਬ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਬਾਏ।